ਕਿਉਂਕਿ ਗੁਰੂ ਪਿਆਰੀ ਸਾਹਿਬ ਸਿੰਘ ਜੋ ਜੋ ਸਾਨੂੰ ਅੱਜ 13 ਤਰੀਕ ਦਿੱਤੀ ਗਈ ਸੀ ਕਿ ਅੱਜ 13 ਤਰੀਕ ਨੂੰ ਸਾਡੇ ਹੱਕ ਵਿੱਚ ਫੈਸਲਾ ਆ ਸਕਦਾ ਹੈ, ਪਰ ਗੁਰੂ ਪਿਆਰੀ ਸਾਹਿਬ ਸਿੰਘ ਜੀ ਉਹ ਤਰੀਕ ਵਧਾ ਕੇ 30 ਤਰੀਕ ਕਰ ਦਿੱਤੀ ਗਈ ਹੈ। ਸੋ ਇਸ ਕਰਕੇ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ, ਕਿਉਂਕਿ ਗੁਰੂ ਪਿਆਰੀ ਸਾਹਿਬ ਸਿੰਘ ਜੀ ਉਹ ਮਨਵਾਦੀ ਸਰਕਾਰ ਚਾਹੁੰਦੀ ਹੈ ਕਿ ਇਹ ਲੋਕ ਹਥਿਆਰ ਚੱਕਣ ਜਾਂ ਰੋਡਾਂ 'ਤੇ ਆਉਣ। ਮੇਨ ਮਕਸਦ ਉਹਨਾਂ ਦਾ ਇਹੀ ਹੈ, ਇਸੇ ਕਰਕੇ ਤਰੀਕਾਂ ਗਾਹ ਤੋਂ ਗਾਹ ਵਧਾਈ ਜਾਂਦੇ ਹਨ। ਸੋ ਕਿਆ ਭਾਵ ਹੈ ਕਿ ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪਾਂ ਪਿਛਲੇ 10 ਤਰੀਕ ਤੋਂ ਰੋਡਾਂ 'ਤੇ ਪ੍ਰਦਰਸ਼ਨ ਕਰ ਰਹੇ ਹਾਂ, 10 ਤਰੀਕ ਨੂੰ ਕੀਤਾ, 11 ਨੂੰ ਕੀਤਾ, 13 ਨੂੰ ਕੀਤਾ, 15 ਤਰੀਕ ਨੂੰ ਕਾਲਾ ਦਿਵਸ ਮਨਾਇਆ, ਔਰ ਅਸੀਂ ਪਿਛਲੇ 12 ਦਿਨਾਂ ਤੋਂ ਇੱਥੇ ਭੁੱਖ ਹੜਤਾਲ 'ਤੇ ਬੈਠੇ ਹੋਏ ਹਾਂ, ਪਰ ਸਰਕਾਰਾਂ 'ਤੇ ਕੋਈ ਅਸਰ ਨਹੀਂ ਹੋਇਆ। ਇਸ ਕਰਕੇ ਮੇਰੀ ਇਸ ਪ੍ਰਬੰਧਕ ਕਮੇਟੀ ਨੂੰ ਵੀ, ਸੰਤ ਸਮਾਜ ਨੂੰ ਵੀ ਸਲਾਹ ਹੈ ਕਿ ਆਪਾਂ ਰੋਡਾਂ ਦੇ ਬਜਾਏ ਜੇਕਰ ਆਪਾਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇ ਉਹ ਸਾਡਾ ਜ਼ਿਆਦਾ ਸਫਲ ਹੋਵੇਗਾ, ਕਿਉਂਕਿ ਗੁਰੂ ਪਿਆਰੀ ਸਾਹਿਬ ਸਿੰਘ ਜੇ ਅਸੀਂ ਕੋਈ ਭੰਨ ਤੋੜ ਕਰਦੇ ਹਾਂ ਤਾਂ ਵੀ ਸਾਡੇ 'ਤੇ ਪਰਚੇ ਹੋਣੇ ਹਨ, ਔਰ ਉਹ ਪਰਚੇ ਸ਼ਾਇਦ ਅਸੀਂ ਇਹ ਦੇਖ ਚੁੱਕੇ ਹਾਂ ਕਿ ਸਾਡੇ ਵੀਰ ਜੋ ਦਿੱਲੀ ਵਿਖੇ ਫੜੇ ਹੋਏ ਸੀ ਉਹ ਅੱਜ ਤੱਕ ਨਹੀਂ ਛੁੱਟੇ, ਔਰ ਜੇਕਰ ਅਸੀਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਦਈਏ ਰੋਜ਼ 100-100 ਬੰਦਾ ਵੀ ਅਸੀਂ ਰੋਜ਼ ਪ੍ਰਸ਼ਾਸਨ ਦੇ ਅੱਗੇ ਆਪਣੇ ਆਪ ਨੂੰ ਅਰੈਸਟ ਕਰਵਾਈਏ ਤਾਂ ਗੁਰੂ ਪਿਆਰੀ ਸਾਹਿਬ ਸਿੰਘ ਇੱਕ ਮਹੀਨੇ ਦੇ ਵਿੱਚ 3000 ਬੰਦਾ ਹੋ ਜਾਂਦਾ, ਅਤੇ ਇਸੇ ਸਰਕਾਰ ਤੁਹਾਡੇ ਅੱਗੇ ਝੁੱਕ ਜਾਵੇਗੀ ਕਿ ਭਾਈ ਅਸੀਂ ਕਿੰਨੇ ਕੁ ਬੰਦੇ ਫੜੀ ਆ ਜੇ, ਇਹਦੇ 'ਤੇ ਨਾ ਤੁਹਾਡੇ 'ਤੇ ਕੋਈ ਕੇਸ ਪੈਂਦਾ, ਨਾ ਤੁਹਾਡੇ 'ਤੇ ਕੋਈ ਕਾਰਵਾਈ ਹੁੰਦੀ, ਨਾ ਤੁਹਾਨੂੰ ਲੜਾਈ ਦੀ ਲੋੜ ਹੈ, ਨਾ ਤੁਹਾਨੂੰ ਕਿਤੇ ਹਥਿਆਰ ਚੱਕਣ ਦੀ ਲੋੜ ਹੈ, ਹਮੇਸ਼ਾ ਇਹ ਤੁਹਾਡਾ ਸਫਲ ਹੋਵੇਗਾ ਸੰਘਰਸ਼। ਇਸ ਕਰਕੇ ਬੇਨਤੀ, ਕਿਉਂਕਿ ਗੁਰੂ ਪਿਆਰੀ ਸਾਹਿਬ ਜੀ ਨੇ ਤੋੜ ਭੰਨਾ ਕੀਤੀਆਂ, ਕਿਸੇ ਦੀ ਦੁਕਾਨ ਦਾ ਨੁਕਸਾਨ ਹੋਇਆ ਤਾਂ ਆਪਣੇ ਸਮਾਜ ਦਾ ਹੀ ਨੁਕਸਾਨ ਹੁੰਦਾ, ਕਿਉਂਕਿ ਸਾਡੇ ਲੋਕ ਭੈਣ ਭਰਾਵਾਂ ਦੁਕਾਨਾਂ ਕਰਦੇ ਹਨ, ਗੱਡੀਆਂ ਚਲਾਉਂਦੇ, ਆਟੋ ਚਲਾਉਂਦੇ ਹਨ, ਉਹਨਾਂ ਦਾ ਨੁਕਸਾਨ ਹੁੰਦਾ। ਇਸ ਕਰਕੇ ਬੇਨਤੀ ਹੈ ਕਿ ਮੇਰੀ ਇਸ ਪ੍ਰਬੰਧਕ ਕਮੇਟੀ ਨੂੰ ਵੀ, ਆਪਣੇ ਸੰਤ ਸਮਾਜ ਨੂੰ ਵੀ, ਕਿ ਆਪਣਾ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇ ਤਾਂ ਜੋ ਸਾਨੂੰ ਸਾਡਾ ਮੰਦਿਰ ਮਿਲ ਸਕੇ, ਨਹੀਂ ਤਾਂ ਗੁਰੂ ਪਿਆਰੀ ਸਾਹਿਬ ਨੂੰ ਜੇਕਰ ਆਪਾਂ ਭੰਨ ਤੋੜ ਕਰਾਂਗੇ ਤਾਂ ਸਾਡੇ 'ਤੇ ਕਾਰਵਾਈਆਂ ਕਰਕੇ ਆਪਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ। ਮੈਂ ਡਰਾਉਣ ਦੀ ਜਾਂ ਡਰਨ ਦੀ ਨਹੀਂ ਗੱਲ ਕਰਦਾ, ਜੇਲ੍ਹ ਵਿੱਚ ਜਾਣੋਂ ਨਹੀਂ ਡਰਦੇ, ਪਰ ਗੱਲ ਹੈਗਾ ਕਿ ਸਾਡਾ ਮਕਸਦ ਉਹ ਹੋਣਾ ਚਾਹੀਦਾ। ਜੇਲਾ ਤੋਂ ਨਹੀਂ ਡਰਦੇ।